ਤਰਨਤਾਰਨ ਦੇ ਜੰਡਿਆਲੇ ਰੋਡ ਦੇ ਉੱਤੇ ਹਮੇਸ਼ਾ ਹੀ ਰਾਤ ਭਰ ਤੱਕ ਆਵਾਜਾਈ ਰਹਿੰਦੀ ਹੈ। ਉੱਥੇ ਮੌਜੂਦ ਇੱਕ ਸੁਨਿਆਰੇ ਦੀ ਦੁਕਾਨ ਤੇ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਤਰਨਤਾਰਨ ਦੇ ਜੰਡਿਆਲਾ ਰੋਡ ਤੇ ਮੌਜੂਦ ਇੱਕ ਸੁਨਿਆਰੇ ਦੀ ਦੁਕਾਨ ਦੇ ਉੱਤੇ ਚੋਰਾਂ ਨੇ ਛੱਟਰ ਤੋੜ ਕੇ ਤਕਰੀਬਨ 3.5 ਲੱਖ ਰੁਪਏ ਦੇ ਗਹਿਣੇ ਅਤੇ 25,000 ਰੁਪਏ ਦੀ ਨਕਦੀ ਚੋਰੀ ਕਰ ਲਈ ਹੈ। ਪਰ ਇਸ ਦੇ ਬਾਵਜੂਦ ਵੀ ਸੁਨਿਆਰਾ ਆਪਣੇ ਆਪ ਨੂੰ ਖੁਸ਼ਕਿਸਮਤ ਮੰਨ ਰਿਹਾ ਹੈ ਕਿਉਂਕਿ ਚੋਰਾਂ ਦੇ ਵੱਲੋਂ ਉਹਨਾਂ ਦੀ ਸੇਫ ਨਹੀਂ ਖੁੱਲੀ, ਜਿਸ ਕਰਕੇ ਉਹਨਾਂ ਦਾ ਕਾਫੀ ਸਾਰਾ ਨੁਕਸਾਨ ਹੋਣ ਤੋਂ ਬਚ ਗਿਆ। ਸੁਨਿਆਰੇ ਦਾ ਕਹਿਣਾ ਹੈ ਉਹਨਾਂ ਦੇ ਸੇਫ ਦੇ ਅੰਦਰ ਬਹੁਤ ਜ਼ਿਆਦਾ ਜਿਹੜੇ ਕੀਮਤੀ ਗਹਿਣੇ ਪਏ ਸੀ ਉਹ ਬਚ ਗਏ ਨੇ, ਨਹੀਂ ਤਾਂ ਨੁਕਸਾਨ ਹੋਰ ਵੀ ਜ਼ਿਆਦਾ ਹੋਣਾ ਸੀ। ਹਰਦਿਆਲ ਸਿੰਘ ਪੁੱਤਰ ਠਾਕਰ ਸਿੰਘ ਵਾਸੀ ਗੁਰੂ ਕਾ ਖੂਹ ਜੂਲਰ ਲਾਭ ਸਿੰਘ ਜੂਲਰ ਜੰਡਿਆਲਾ ਰੋਡ ਹਰਕ੍ਰਿਸ਼ਨ ਸਕੂਲ ਲਾਗੇ ਦੁਕਾਨ ਹੈ, ਜਿਸਨੇ ਵਕਤ ਕਰੀਬ 8 ਵਜੇ ਸਾਨੂੰ ਆ ਕੇ ਚੌਂਕੀ ਇਤਲਾਹ ਦਿੱਤੀ ਕਿ ਮੇਰੀ ਦੁਕਾਨ ਦਾ ਸ਼ਟਰ ਤੋੜ ਕੇ ਨਾਮਲੂਮ ਵਿਅਕਤੀਆਂ ਵੱਲੋਂ ਚੋਰੀ ਕੀਤੀ ਗਈ ਹੈ। ਮਾਨੇ ਇਸੇ ਸਮੇਂ ਸਾਡੇ ਕਰਮਚਾਰੀਆਂ ਮੌਕੇ 'ਤੇ ਪੁੱਜ ਕੇ ਮੌਕਾ ਵੇਖਿਆ ਗਿਆ। ਮੌਕਾ ਵੇਖ ਕੇ ਉਹਨੇ ਜੋ ਵੀ ਸਾਨੂੰ ਲਿਖਾਇਆ ਉਹਦੇ ਖਿਲਾਫ਼ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ, ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਲਾਈਵ ਤੇਜ਼ ਚੈਨਲ ਦੇ ਲਈ ਤਰਨ ਤਾਰਨ ਤੋਂ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ।